ਓ ਜੀ ਗੱਲ ਮੈਂ ਇਹ ਸੁਣਾਵਾਂਗਾ ਜੀ ਕਿ ਕੋਸ਼ਿਸ਼ ਕਰੇ ਇਨਸਾਨ ਹਾਂ ਹਾਂ ਸਭ ਕੁਝ ਹੋ ਜਾਂਦਾ ਵਾ ਵਾ ਕੋਈ ਜਾਟੇ ਦੇ ਜ਼ਿਮੀਂਦਾਰ ਸਮਝ ਲਓ ਜੀ ਉਹ ਗਏ ਬਾਜ਼ਾਰ ਗਿਆ ਜੀ ਅੱਗੇ ਦੇਖਿਆ ਤਾਂ ਕੋਈ ਮੁਹੱਲਾ ਦੇ ਉੱਤੇ ਮਕਾਨਾਂ ਦੇ ਉੱਤੇ ਬੜੀ ਐ ਖੂਬਸੂਰਤ ਲੜਕੀ ਅੱਛਾ ਉਹ ਨਾਦ ਹੋ ਕੇ ਤੇ ਆਪਣੇ ਵਾਲ ਸਕਾਉਂਦੀ ਪਈ ਸੀ ਠੀਕ ਹੈ ਉਹਦੇ ਹਾਲ ਦੇਖ ਕੇ ਤੇ ਕਹਿਣ ਲੱਗਾ ਓਹ ਹੋ ਏਡੀ ਖੂਬਸੂਰਤ ਹਾਂ ਹਾਂ ਮੈਂ ਸ਼ਾਦੀ ਕਰਾਉਣੀਆਂ ਦੇ ਦੇ ਨਾ ਹੀ ਕਰਾਉਣੀ ਅੱਛਾ ਡੁੱਲ ਗਿਆ ਡੁੱਲ ਗਿਆ ਅੱਛਾ ਬਿਲਕੁਲ ਹੀ ਡੁੱਲ ਗਿਆ ਅੱਛਾ ਕਹਿੰਦਾ ਵੀ ਮੈਂ ਸ਼ਾਦੀ ਕਰਾਉਣੀਆਂ ਦੇ ਦੇ ਨਾ ਕਰਾਉਣੀ ਆ ਠੀਕ ਹੈ ਲੋਕਾਂ ਨੇ ਆ دیਵਾਨਾ ਬਣ ਗਿਆ ਰੌਲਾ ਪਾਉਂਦਾ ਫਿਰ ਜੀ ਕਾਰ بار ਪਹਿਲਾ ਭੁੱਲ ਗਿਆ ਸ਼ਦਾਈ ਬਣ ਗਿਆ ਬਾਜ਼ਾਰਾਂ ਜਤਰਾ ਫੇਰੇ ਤਸਵੀਰਾਂ ਬਣਾਉਂਦਾ ਫੇਰੇ ਉਹਦੇ ਪੋਚੇ ਪਜਾ ਕੇ ਉਹਨਾਂ ਦੇ ਵੱਡਿਆਂ ਦੇ ਨਾਂ ਲਿਖਦਾ ਫੇਰੇ ਉਹਦੇ ਟਿਕਟਾਕਾ ਬਣਾਉਂਦਾ ਰਿਹਾ ਲੋਕਾਂ ਨੇ ਆਖਿਆ ਸ਼ਦਾਈਆ ਹਾਂ ਕੀ ਤਰ੍ਹਾਂ ਜ਼ੇਹਨ ਖਰਾਬ ਹੋ ਗਿਆ ਹਾਂ ਜਾ ਆਪਣਾ ਕੰਮ ਕਰ ਜੀ ਕਹਿੰਦਾ ਨਹੀਂ ਨਹੀਂ ਸ਼ਾਦੀ ਕਰਾਉਣੀ ਆ ਉਹਦੇ ਨਾਲ ਹੀ ਕਰਾਉਣੀ ਆ ਅੱਛਾ ਅੜੀ ਕਰ ਗਿਆ ਅੜੀ ਕਰ ਗਿਆ ਅੱਛਾ ਉਹ ਆਸ ਆਸ ਦਾ ਪਤਾ ਲੱਗ ਗਿਆ ਉਹਦੇ ਵਾਲਦਾਨ ਨੂੰ ਜੀ ਉਹ ਵਕਤ ਚੰਗੇ ਸੀ ਸਮਝਦਾਰ ਲੋਕ ਸੀ ਹਾਂ ਉਹਨਾਂ ਨੇ ਕਿਹਾ ਵੀ ਕਿਸੇ ਨੇ مشورہ ਦਿੱਤਾ ਵੀ ਉਹ دیوانਾ ਹੋਇਆ ਫਿਰਦਾ ਆ ਹਾਂ পাগল ਹੋਇਆ ਫਿਰਦਾ ਵੀ ਮੈਂ ਛੱਦੀ ਉਹਦਾ ਨਾ ਕਰਾਉਣੀ ਆ ਹਾਂ ਤੇ ਜੇ ਉਹ ਇਦਾਂ ਹੀ ਮਰ ਗਿਆ ਤੇ ਕਿਆਮਤ ਵਾਲੇ ਦਿਨ ਤੂੰ جوابਗੀ ਦੇਵੇਂਗਾ ਉੱਥੇ ਤੇਰੀ ਪਕੜ ਹੋਏਗੀ ਤੇਰੀ ਪਕੜ ਹੋਏਗੀ ਤੂੰ ਕਿਹੜੀ ਸ਼ਾਦੀ ਸ਼ੁਦਾ ਤੇਰੀ ਬੱਚੀ ਠੀਕ ਗੱਲ ਉਹਨਾਂ ਨੇ ਆਖਿਆ ਵੀ ਚਲੋ ਠੀਕ ਹੈ ਮੈਂ ਬੱਚੀ ਨੂੰ ਪੁੱਛਣਾ ਠੀਕ ਹੈ ਉਹਨੇ ਬੱਚੀ ਨੇ ਬਚਿਆ ਬੱਚੀ ਐਸਾ ਕਹਿੰਦੀ ਅੰਮਾ ਜੀ ਕੋਈ ਗੱਲ ਹੀ ਕੋਈ ਨਹੀਂ ਮੈਂ ਰਾਜ਼ੀ ਆ ਮੈਂ ਰਾਜ਼ੀ ਆ ਠੀਕ ਹੈ ਮੈਂ ਤਿਆਰ ਆ ਠੀਕ ਹੈ ਮੇਰਾ ਇੱਕ ਸਵਾਲ ਆ ਉਹ ਬੁਰਾ ਕਰੇ ਅੱਛਾ ਕਹਿੰਨੇ ਇਹ ਕਹਾਣਾ ਹਾਂ ਕਹਾਂ ਲਗੀ ਮੈਂ ਫੁਲਾ ਪਤਨ ਦੇ ਨਾਉਣ ਗਈ ਸੀ ਢੇਲੀਆਂ ਨਾਲ ਅੱਛਾ ਉੱਥੇ ਮੇਰੇ ਛਾਪ ਡੇਗ ਵੀ ਸੀ ਅੱਛਾ ਉਹਦੇ ਵਿੱਚ ਫੁਲਾ ਹੀਰਾ ਸੀ ਅੱਛਾ ਉਹ ਛਾਬ ਲੈ ਵੇ अच्छा वो ਵਿੱਚ ਹੀਰਾ ਉਹ ਹੀ ਉਹ ਹੀਰਾ ਭਲਾ ਹੀਰਾ ਉਹ ਲੈ ਵੇ ਤੇ ਮੈਂ ਸ਼ਾਦੀ ਕਰ ਲਈ ਮੈਂ ਸ਼ਾਦੀ ਕਰ ਲੀ ਠੀਕ ਹੈ ਉਹ ਆਪਣੇ ਉਹਨੇ ਨਾਮ ਹਮਕੰਨੀ ਉਹ ਇੱਕ ਮਿੰਟ ਤਾਲੀਆਂ ਨਾ ਵੀ ਚਲੋ ਗਲੋਂ ਲੱਥਾ ਜੀ 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 ਬਿਆਹ ਬਹਿ ਕੇ ਜਾ ਕੇ ਮਰ ਖਾ ਪਜਾ ਕੇ ਪਤਨਾ ਧੱਕੇ ਕਹਿੰਦਾ ਉਹ ਜਿਸ ਵਕਤ ਗਿਆ ਉਹਨੂੰ ਸਦਿਆ ਬੁਲਾਇਆ ਜੀ ਬੈਠ ਗਿਆ ਉਹ ਜਿਹੜਾ ਵੀ ਕੁਝ ਜ਼ਿਮੀਦਾਰ ਸੀ ਉਹ ਮਰਾਨ ਵਾਲਾ ਸੀ ਉਹ ਚੌਧਰੀ ਸੀ ਜੀ ਬਾਅ ਲੈ ਉਹ ਹਾਂ ਬਈ ਕਹਿੰਦਾ ਜੀ ਮੈਂ ਸ਼ਾਦੀ ਕਰਾਉਣੀ ਆ ਉਹਦੇ ਨੇ ਕਰਾਉਣੀ ਆ ਠੀਕ ਹੈ ਕਹਿੰਦਾ ਫਿਰ ਇੱਕ ਸਵਾਲ ਆ ਇਹ ਕੀ ਹਾਂ ਫਲਾਣ ਬਤਨ ਦੇ ਉੱਤੇ ਹਾਂ ਮੇਰੀ ਬੱਚੀ ਨਾ ਹੋਣ ਗਈ ਸੀ ਛਾਪ ਡੇਗ ਪਈ ਸੀ ਉਹਦੇ ਵਿੱਚ ਫਲਾਣ ਹੀਰਾ ਸੀ ਅੱਛਾ ਉਹ ਲੱਭ ਲਿਆ ਹਾਂ ਠੀਕ ਹੈ ਅਸੀਂ ਨਕਾ ਦੇ ਦਿਆਂ ਸ਼ਾਦੀ ਦੇ ਦਿਆਂਗੇ ਠੀਕ ਹੈ ਉਹ ਕਰਨ ਲਈ ਠੀਕ ਹੈ ਮਨਜ਼ੂਰੀ ਆ ਤੇ ਲਿਖ ਦੇ ਅੱਛਾ ਠੀਕ ਹੈ ਉਹਨੇ ਉਹਨਾਂ ਨੇ ਲਿਖ ਦਿੱਤਾ ਹਾਂ ਉਹਨਾਂ ਨੂੰ ਪਤਾ ਹੈ ਵੀ ਇੰਜ ਹੋਈ ਨਹੀਂ ਓਏ ਹੋਈ ਨਹੀਂ ਸਕਦਾ ਲੱਭਣੀ ਕਿਥੋਂ ਆ ਹਾਂ ਉਹ ਸਾਬ ਲੱਭਣੀ ਕਿਥੋਂ ਆ ਹਾਂ ਲਿਖ ਦਿੱਤਾ ਲਿਖ ਦਿੱਤਾ ਠੀਕ ਹੈ ਲਿਖ ਲੋ ਕੇ ਜੇ ਲਿਖਦੇ ਉਹ ਦਿੱਤਾ ਉਹਨਾਂ ਨੇ ਕਿ ਨਹੀਂ ਮੰਨ ਲਿਆ ਕਿ ਮਿਹਾਰਾਂ ਦੇ ਚਲ ਗਿਆ ਅੱਛਾ ਉਹ ਸੋਨ ਲੱਲੇ ਕੋ ਦੋ ਦਰਜਣਾ ਲੋਟੇ ਅੱਛਾ ਦਰਜਣ ਲੋਟਿਆਂ ਦੀ ਲਈ ਚਲ ਗਿਆ ਜਾ ਕੇ ਨਗੋਟਾ ਕੱਸ ਲਿਆ ਅੱਛਾ ਤੇ ਇਦਨੋਂ ਲੋਟੇ ਭਰੇ ਹਾਂ ਇਧਰ ਢੋਲੀ ਜਾਏ ਬਾਹਰ ਅੱਛਾ ਕੋਸ਼ਿਸ਼ ਕਰੇ ਇਨਸਾਨ ਤਾਂ ਕਿਆ ਨਹੀਂ ਹੋ ਸਕਦਾ ਵਾ 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 ਕੋਸ਼ਿਸ਼ ਕਰੇ ਇਨਸਾਨ ਤਾਂ ਕਿਆ ਹੋ ਕਿਆ ਨਹੀਂ ਹੋ ਸਕਦਾ ਇੰਜੀ ਗੱਲ ਇੰਜੀ ਗੱਲ ਰਾਤ ਦਿਨ ਠੀਕ ਹੈ ਨਾ ਕੋ ਖਾਣਾ ਨਾ ਕੋ ਪੀਣਾ ਤਾਰ ਉਹ ਉੱਥੇ ਲੱਗੀ ਹੋਈ ਇੰਜੀ 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 ਤਾਰ ਤੇ ਕਿੱ데 ਸੀ ਇੰਜੀ ਗੱਲ ਇੰਜੀ ਗੱਲ ਕੋਸ਼ਿਸ਼ ਕਰੇ ਇਨਸਾਨ ਤਾਂ ਕਿਆ ਨਹੀਂ ਹੋ ਸਕਦਾ ਭਰੀ ਆਏ ਤਾਂ ਢੋਲੀ ਆਏ ਭਰੀ ਆਏ ਤਾਂ ਢੋਲੀ ਆਏ ਠੀਕ ਹੈ ਉਹ ਇਨੇ ਉੱਥੇ ਕੋ ਪਤਨ ਦੇ ਵਿੱਚ ਮੱਛੀਆਂ ਸੀ ਨਾ ਹਾਂ ਉਹ ਕਹਿੰਨ ਲੱਗੇ ਆਂ ਬੇ ਆ ਦੋ ਟੰਗਾ ਇਨਸਾਨ ਜਿਹੜਾ ਇਹ ਹਰ ਚੀਜ਼ ਤੇ ਗਾਲਬ ਆ ਹਾਂਜੀ 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 ਤੇ ਇਹ ਤੇ ਸੁਕਾ ਦੇਗਾ ਹਾਂ 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 ਠੀਕ ਅੱਛਾ ਛਪੜਾ ਜਿਹੜਾ ਏ ਆਹੋ ਇਹ ਸੁਕਾ ਦੇਗਾ ਹਾਂ ਤਾਂ ਐਂ ਦੇ ਮਰ ਜਾਗੇ ਆ ਠੀਕ ਹੈ ਇਹਨੂੰ ਪੁੱਛੋ ਤਕਲੀਫ ਕੀ ਹੈ ਤੈਨੂੰ ਠੀਕ ਹੈ ਕਿਉਂ ਪਾਣੀ ਬਾਹਰ ਚੜਨ ਲਿਆ ਹਾਂ ਹਾਂ ਕੀ ਤਕਲੀਫ ਹੈ ਮੈਨੂੰ ਹਾਂ ਉਗਈਆਂ ਜਾ ਕੇ ਪੁੱਛਦੀਆਂ ਬਾਹ ਮੂੰਹ ਘੜ ਕੇ ਤੈਨੂੰ ਤਕਲੀਫ ਕੀ ਆ ਕਹ ਨੂੰ ਪਾਣੀ ਸੁਕਾਈ ਜਾਣ ਦੇ ਆ ਦੋ ਦਿਨ ਹੋ ਗਿਆ ਤੂੰ ਰਾਤ ਵੀ ਲਗਾ ਦਿਨ ਵੀ ਲਗਾ ਅਲਵਾਜ਼ ਤੇ ਰਹੇ ਨੇ ਕੋਸ਼ਿਸ਼ ਕਰੇ ਸੰਦੋ ਕਿਆ ਨਹੀਂ ਹੋ ਸਕਦਾ ਭਰੀ ਉਹਨਾਂ ਬਾ ਡੋਲੀ ਹੋਣਾ ਹਾਂ ਉਹਨਾਂ ਲਗਾਏ ਪਾਣੀ ਸੁਕਾਉਣਾ ਠੀਕ ਹੈ ਇਹ ਤਾਂ ਫੋਲਣੀ ਆ ਅੱਛਾ ਇਹਦੇ ਚੋਂ ਛਾਪ ਲੱਭਣੀ ਆ ਅੱਛਾ ਉਹਦੇ ਵਿੱਚ ਫਲਾ ਹੀਰਾ ਅੱਛਾ ਉਹ ਲੈ ਕੇ ਲੈਣਾ ਹਾਂ 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 ਜਾ ਕੇ ਬਾਦਸ਼ਾਹ ਦੀ ਲੜਕੀ ਨਾਲ ਜਾਂ ਵਜ਼ੀਰ ਦੀ ਲੜਕੀ ਨਾਲ ਮੈਂ ਸ਼ਾਦੀ ਕਰਾਉਣੀ ਸ਼ਾਦੀ ਕਰਨੀ ਹਾਂ ਮੱਛੀਆਂ ਆਪਸ ਵਿੱਚ ਸਾਰੀਆਂ ਇਕੱਠੀਆਂ ਹੋ ਗਈਆਂ ਕਹਿਣ ਲੱਗੀਆਂ ਵੀ ਜਿਹੜਾ 2-3 ਦਿਨ ਹੋ ਗਿਆ ਨਾ ਇਹਨੇ ਖਾਦਾ ਨਾ ਪੀਤਾ ਹਾਂ ਇੱਕ ਤਾਰਿਆ ਹਾਂ ਇਹਨੇ ਸੁਕਾ ਦੇਣਾ ਹਾਂ ਜਿਹੜੇ ਰੁਕ ਲੱਗਿਆ ਨਾ ਇਹ ਨਹੀਂ ਮੁੜਦਾ ਹਾਂ ਜਿਹੜੇ ਇਹਦੇ ਅਲਫਾਜ਼ ਨੇ ਹਾਂ ਕਿ ਕੋਸ਼ਿਸ਼ ਕਰੇ ਇਨਸਾਨ ਤੋਂ ਤਾਂ ਕਿਆ ਨਹੀਂ ਹੋ ਸਕਦਾ ਠੀਕ ਹੈ ਉਹਨਾਂ ਦੇ ਕੰਮ ਕਿਤਾਬੇ ਹਾਂ ਲਬੋ ਹਾਂ ਪਤਾ ਕੀਤਾ ਜਿਓ ਫਲਾ ਮੱਛੀ ਨਿਕਲਿਆ ਹਾਂ ਉਹਨੂੰ ਆ ਗਿਆ ਜਾ ਉਹਦੇ ਜਾ ਕੇ ਕਿਤੇ ਬਰੇਤੇ ਦੇ ਸੁੱਟ ਹਾਂ ਹਾਂ ਤੇ ਜਾਨ ਛੜਾਪਣੀ ਸਾਡੀ ਵੀ ਹਾਂ ਮੱਛੀ ਆਈ ਉਹਨੂੰ ਜਾ ਕੇ ਕਿਹਾ ਉਸ ਉਹਨੇ ਜਾਣ ਕੇ ਬਰੇਤੇ ਦੇ ਬਾਹਰ ਕਢੀ ਠੀਕ ਠੀਕ ਹੈ ਉਹਨੇ ਚੁੱਕੀ ਚੋਕੇ ਸਾਫ ਲੋ ਕਰਕੇ ਕੰਨੀ ਮਲਦੀ ਹਾਂ ਹਾਂ ਜਾ ਕੇ ਆਣ ਗਾ ਜੀ ਜੀ ਦੇਖ ਲਓ ਮਕਸਦ ਕਹਿੰਦਾ ਆਇਆ ਕਿ ਕੋਸ਼ਿਸ਼ ਕਰੇ ਵਾਹ ਇਨਸਾਨ ਦਾ ਯਾ ਨਹੀਂ ਹੋ ਸਕਦਾ ਇੰਜੀ ਗੱਲ ਹੈ ਭਾਈ ਇੰਜੀ ਗੱਲ ਵਾ 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 ਗੱਲ ਦਾਸਲੇ ਵੇ ਇੱਕ ਗੱਲ ਦੇ ਵਿੱਚੋਂ ਸਾਨੂੰ ਵੇਲਿਆਂ ਨੂੰ ਨਖਟਵਾਂ ਨੂੰ ਔਰ ਜਿੰਨੇ ਵੀ ਬੈ ਕੇ ਸਿਰਫ ਇਹ ਕਰਦੇ ਰਹਿੰਦੇ ਨਾ ਹਰ ਵੇਲੇ ਹੱਥਾਂ ਤੇ ਹੱਥ ਰੱਖ ਕੇ ਤੇ ਸ਼ਿਕਵੇ ਗਿਲੇ ਕਰਦੇ ਰਹਿੰਦੇ ਕਿ ਹਾਲਾਤ ਬੜੇ ਖਰਾਬ ਨੇ ਮਾਮਲਾ ਸੁਧਰਦੇ ਨਹੀਂ ਪਏ ਪਤਾ ਨਹੀਂ ਕੀ ਹੋ ਗਿਆ ਤੇ ਕੀ ਕੀ ਨਹੀਂ ਹੋਣਾ ਜੇ ਹੱਥਾਂ ਤੋਂ ਹੱਥ ਲਾ ਕੇ ਤੇ ਟੰਗਾ ਤੋਂ ਟੰਗ ਲਾ ਕੇ ਤੇ ਜੇ ਕੁਝ ਹਿੰਮਤ ਕਰੀਏ ਨਾ ਖੂਨ ਪਸੀਨੇ ਨੂੰ ਆ ਇੱਕ-ਇੱਕ ਕਰਕੇ ਇੱਕ-ਇੱਕ ਕਰਕੇ ਤੇ ਫਿਰ ਐਸੀ ਉਹ ਜ਼ਾਤ ਤੇ ਮਾਲਕ ਦੀ پاک ਜ਼ਾਤ ਕੇ ਬੰਦੇ ਦੀ ਮਿਹਨਤ ਨੂੰ ਜ਼ਾਇਆ ਨਹੀਂ ਕਰਦੀ ਗੱਲ ਦਾ ਨਤੀਜਾ ਆਇਆ। ਅੱਲਾਹ ਪਾਕ ਦੀ ਜ਼ਾਤ ਕਿਸੇ ਵੀ ਬੰਦੇ ਦੀ ਮਿਹਨਤ ਨੂੰ ਜ਼ਾਇਆ ਨਹੀਂ ਕਰਦੀ। ਹਾਂ ਤੁਹਾਡੀ ਜਦੋਜਾਤ ਜਿਹੜੀ ਏ ਤੁਹਾਡੀ ਮਿਹਨਤ ਕੋਸ਼ਿਸ਼ ਜਿਹੜੀ ਏ ਉਹ ਠੀਕ ਰਾਸਤੇ ਦੇ ਉੱਤੇ ਹੋਵੇ ਚੰਗੇ ਕੰਮ ਵਾਸਤੇ ਹੋਵੇ ਨੇਕ ਵਾਸਤੇ ਹੋਵੇ ਸਹੀ ਰਸਤਾ ਹੋਵੇ ਤੇ ਫੇਰ ਮਾਲਕ ਦੀ ਜ਼ਾਤ ਤੁਹਾਡਾ ਸਾਥ ਹੋਵੇ ਹੌਸਲਾ ਤੇ ਚੁੱਕ ਪਾੜ ਲਈਏ ਬਿਨਾ ਹੌਸਲੇ ਚੁੱਕਣਾ ਖੰਭੋਂ ਕਾ ਓਏ ਹੋਏ ਓਏ ਹੋਏ ਹੋਏ ਹੋਵੇ ਹੌਸਲਾ ਪਹਾੜ ਚੁੱਕ ਲਈਏ ਚੁੱਕ ਪਾੜ ਲਈਏ ਬਿਨਾ ਹੌਸਲੇ ਚੁੱਕਣਾ ਖੰਭੋਂ ਕਾ ਖੰਭ ਦਾ ਵਜ਼ਨ ਕੀ ਹੁੰਦਾ ਹਾਂ ਦੇਖੋ ਨਾ ਜੇ ਤੂੰ ਉਹ ਗੱਲ ਵੀ ਹੱਥੋਂ ਮੋਬਾਈਲ ਨਹੀਂ ਛੱਡਣਾ ਹਰ ਵੇਲੇ ਰਹਿਣਾ ਵੀ ਸਿਰਫ ਉਹਨੂੰ ਇਸਤੇਮਾਲ ਕਰਨ ਦੇ ਵਿੱਚ ਵੀ ਉਹਨੂੰ ਵੀਡੀਓ ਪੋਟਾ ਮਾਰੀ ਹਮਨੇ ਉਹ ਤਾਣੂ 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 ਵਿੱਚ ਕੰਮ ਦੀ ਗੱਲ ਲੱਭ ਵੀ ਜਾਵੇ ਤੇ ਉਹਦੇ ਤੇ ਅਮਲ ਹੀ ਨਹੀਂ ਕਰਨੀ ਤੇ ਫਿਰ ਬੈ ਕੇ ਸ਼ਿਕਵੇ ਕਿ ਲਈ ਕਰਨੇ ਘਰ ਹਾਲਾਤ ਬੜੇ ਹੁਣ ਇਹ ਗੱਲ ਜਿੰਨੇ ਵੀ ਇਹ ਥੱਕੇ ਟੁੱਟੇ ਜਾਂ ਜਿਹੜੇ ਅਕੇ ਥੱਕੇ ਆਸ਼ਿਕ ਨੇ ਉਹਨਾਂ ਵਾਸਤੇ ਵੀ ਇਹ ਸਬਕ ਹੈ ਜੇ ਕੋਈ ਹੌਂਸਲਾ ਹੈ ਵੇ ਹਿੰਮਤ ਹੈ ਕੋਸ਼ਿਸ਼ ਕਰੋ ਹਾਲਾ ਲਾਓ ਹਾਲਾ ਲਾਓ ਹਾਲਾ ਲਾਓ ਹਾਲਾ ਲਾਓ ਹਾ ਅੱਲਾ ਪਾਕ ਦੀ ਇਹ ਨਾ ਕੋ ਵੀ ਹਾਇ ਮਰ ਗਏ ਹਾਂਜੀ ਹਾਂਜੀ ਲਓ ਜੀ ਇਹਦੇ ਨਾਲ ਹੀ ਸਾਡਾ ਪ੍ਰੋਗਰਾਮ ਆਪਣੀ ਬੈਠਕ ਆਪਣੇ ਇਖਤਤਾਮ ਨੂੰ ਪਹੁੰਚਿਆ ਜਿੰਨੇ ਮੇਰੇ ਵੇਖਣ ਵਾਲੇ ਸੁਣਨ ਵਾਲੇ ਜਿੱਥੇ-ਜਿੱਥੇ ਬੈ ਕੇ ਵੀ ਵੇਖ ਰਹੇ ਨੇ ਸੁਣ ਰਹੇ ਨੇ ਚੜ੍ਹਦੇ ਪੰਜਾਬ ਤੋਂ ਲੈ ਕੇ ਪੂਰੀ ਦੁਨੀਆ ਦੇ ਵਿੱਚ ਵਸਣ ਵਾਲੇ ਸਾਡੇ ਪੰਜਾਬੀ ਵੀਵਰ ਪੰਜਾਬੀ ਲਵਰ ਜਿਹੜੇ ਸਾਡਾ ਪ੍ਰੋਗਰਾਮ ਵੰਦੇਓ ਸੁਣਦੇਓ ਤੁਹਾਨੂੰ ਰਿਕੁਐਸਟ ਕਰਾਂਗਾ ਅਗਰ ਵੀਡੀਓ ਅੱਛੀ ਲੱਗੇ ਤੇ ਅਗੇ ਸ਼ੇਅਰ ਲਾਜ਼ਮੀ ਕਰਿਓ ਮੇਰੇ YouTube ਚੈਨਲ ਦਾ ਨਾਮ ਵੈਸ ਕਮਨ ਸਿਆਲ ਕੋਟਿਆ ਨੂੰ ਲਾਈਕ ਕਰ ਲਓ ਸਬਸਕ੍ਰਾਈਬ ਕਰ ਲਓ ਨਾਲੇ ਬੈਲ ਦਾ ਬਟਨ ਆਨ ਕਰ ਲਓ ਤਾਂ ਕਿ ਡੇਲੀ ਜਿਹੜੀ ਨਵੇਂ ਤੋਂ ਨਵੀਂ ਵੀਡੀਓ ਆਏ ਤੁਹਾਨੂੰ ਵੇਖਣ ਨੂੰ ਮਿਲਦੀ ਆਪਣਾ ਬੜਾ ਸਾਰਾ ਖਿਆਲ ਰੱਖਿਓ ਮਿਲਨੇ ਆ ਇੱਕ ਨਵੀਂ ਵੀਡੀਓ ਦੇ ਨਾਲ ਅੱਲਾ ਸੋਹਣੇ ਦੇ ਵਾਲੇ ਸਲਾਮ ਆਖਰੀ ਵਸਲਾਮ